ਹੈਲੋ ਫਰੈਂਡਸ, ਮੈਂ ਜਸਪ੍ਰੀਤ ਸਿੰਘ, ਕ੍ਰੀਏਟਿਵ ਇਨਫੋਟੈਕ ਕੋਚਰ ਮਾਰਕੀਟ ਲੁਧਿਆਣਾ ਤੋਂ ਬੋਲ ਰਿਹਾ। ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਇੱਕ ਟੀਪੀ ਲਿੰਕ ਓਮਾਡਾ AC 1200 ਵਾਇਰਲੈਸ ਇਨਡੋਰ ਆਊਟਡੋਰ ਐਕਸੈਸ ਪੁਆਇੰਟ। ਇਹ ਜੋ ਐਕਸੈਸ ਪੁਆਇੰਟ ਹੈ, ਗੀਗਾਬਿਟ ਸਪੀਡ ਦੇ ਨਾਲ ਆ ਜਾਂਦਾ ਹੈ, ਅਤੇ ਇਸ ਡਿਵਾਈਸ ਦਾ ਮਾਡਲ ਨੰਬਰ ਹੈ EAP 225 ਆਊਟਡੋਰ। ਅਤੇ ਇਸ ਡਿਵਾਈਸ ਦੇ ਵਿੱਚ ਮੈਸੇਜ ਟੈਕਨੋਲੋਜੀ ਵੀ ਮਿਲ ਜਾਂਦੀ ਹੈ ਅਤੇ ਲੌਂਗ ਰੇਂਜ ਕਵਰੇਜ ਮਿਲ ਜਾਂਦੀ ਹੈ। ਤੁਸੀਂ ਇਸ ਤਰੀਕੇ ਦੇ ਨਾਲ ਆਊਟਡੋਰ ਵੀ ਲਗਾ ਸਕਦੇ ਹੋ ਅਤੇ ਇਹ ਵਾਟਰਪਰੂਫ ਮਾਡਲ ਹੈ। ਅਤੇ ਇਸ ਡਿਵਾਈਸ ਦੇ ਵਿੱਚ ਡਿਊਅਲ ਰੇਂਜ ਮਿਲ ਜਾਂਦੀ ਹੈ, 4G ਦੀ ਰੇਂਜ ਵੀ ਹੈ ਅਤੇ ਇਸ ਦੇ ਵਿੱਚ 5 GHz ਦੀ ਰੇਂਜ ਵੀ ਮਿਲ ਜਾਂਦੀ ਹੈ। ਚਲੋ ਹੁਣ ਆਪਾਂ ਇਸ ਡਿਵਾਈਸ ਦੀ ਅਨਬੋਕਸਿੰਗ ਕਰਦੇ ਹਾਂ। ਇਸ ਡਿਵਾਈਸ ਦੀ 3 ਸਾਲ ਦੀ ਵਾਰੰਟੀ ਮਿਲ ਜਾਂਦੀ ਹੈ ਟੀਪੀ ਲਿੰਕ ਦੇ ਵੱਲੋਂ। ਬਾਕਸ ਦੇ ਵਿੱਚ ਇਸ ਡਿਵਾਈਸ ਦਾ ਯੂਜ਼ਰ ਮੈਨੂਅਲ ਮਿਲ ਜਾਂਦਾ ਹੈ ਅਤੇ ਦੀਵਾਰ ਉੱਪਰ ਟੰਗਣ ਦੇ ਲਈ ਗਿੱਟੀਆਂ ਪੇਚ ਮਿਲ ਜਾਂਦੇ ਹਨ। ਇੱਕ ਇਸ ਡਿਵਾਈਸ ਨੂੰ ਪਾਵਰ ਦੇਣ ਵਾਲਾ POI ਸਰਕਟ ਮਿਲ ਜਾਂਦਾ ਹੈ। ਇਸ ਜਗ੍ਹਾ ਦੇ ਉੱਪਰ POI ਪਾਵਰ ਇਸ ਡਿਵਾਈਸ ਦੇ ਨਾਲ ਜੋੜ ਦਿੱਤੀ ਜਾਂਦੀ ਹੈ ਅਤੇ ਇਸ ਜਗ੍ਹਾ ਦੇ ਉੱਪਰ ਰਾਊਟਰ ਤੋਂ ਇੱਕ ਲੈਨ ਕੇਬਲ ਲੱਗਦੀ ਹੈ। ਇਸ ਨੂੰ ਮਾਊਂਟ ਕਰਨ ਲਈ ਇਸਦਾ ਮਾਊਂਟ ਦਿੱਤਾ ਗਿਆ ਹੈ। ਅਤੇ ਇੱਕ ਓਮਾਡਾ ਡਿਵਾਈਸ ਹੈ ਆਊਟਡੋਰ ਐਕਸੈਸ ਪੁਆਇੰਟ, ਅਤੇ ਇਸ ਦੇ ਨਾਲ 2 ਐਂਟੀਨਾਸ ਵੀ ਦਿੱਤੇ ਗਏ ਹਨ। ਅਤੇ ਇਸ ਤਰੀਕੇ ਦੇ ਨਾਲ ਤੁਸੀਂ ਐਂਟੀਨਾਸ ਨੂੰ ਲਗਾ ਦੇਣਾ ਹੈ। ਅਤੇ ਲਾਸਟ ਵਿੱਚ ਇਸ ਡਿਵਾਈਸ ਨੂੰ ਪਾਵਰ ਦੇਣ ਦੇ ਲਈ ਇੱਕ ਵਾਇਰ ਦਿੱਤੀ ਗਈ ਹੈ। ਸਾਰਿਆਂ ਨੂੰ ਪਹਿਲਾਂ ਇਸ ਵਾਇਰ ਨੂੰ ਇਸ ਤਰੀਕੇ ਦੇ ਨਾਲ ਇਸ ਦੇ ਵਿੱਚ ਲਗਾ ਦੇਣਾ ਹੈ। ਇਸ ਜਗ੍ਹਾ ਦੇ ਉੱਪਰੋਂ ਇਸ ਪੈਨਲ ਨੂੰ ਉਤਾਰ ਲੈਣਾ ਅਤੇ ਸਾਰਿਆਂ ਨੂੰ ਪਹਿਲਾਂ ਇੱਕ ਕੇਬਲ ਨੂੰ ਲੈਣਾ ਹੈ, CAT6 ਕੇਬਲ ਨੂੰ ਉਸਦੇ POI ਸਰਕਟ ਦੇ ਨਾਲ ਅਟੈਚ ਕਰ ਦੇਣਾ ਹੈ। ਅਤੇ ਇਸ ਤੋਂ ਬਾਅਦ ਉਸਦਾ ਜੋ ਦੂਸਰਾ ਐਂਡ ਹੈ ਉਸਨੂੰ ਇਸ ਤਰੀਕੇ ਦੇ ਨਾਲ
ਲਗਾ ਦੇਣਾ। ਤੁਸੀਂ ਇਸ ਡਿਵਾਈਸ ਨੂੰ 60-70 ਮੀਟਰ ਤੱਕ ਦੀ ਕੇਬਲ ਲਗਾ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਇਨਡੋਰ ਆਊਟਡੋਰ ਵਰਤ ਸਕਦੇ ਹੋ। ਇਸ ਤੋਂ ਬਾਅਦ ਇਸ ਪੈਨਲ ਨੂੰ ਬੰਦ ਕਰ ਦੇਣਾ। ਇਸ ਤਰੀਕੇ ਦੇ ਨਾਲ ਚਲੋ ਹੁਣ ਆਪਾਂ ਇਸ ਜਗ੍ਹਾ ਦੇ ਉੱਪਰ ਇੱਕ ਰਾਊਟਰ ਤੋਂ ਲੈਨ ਕੇਬਲ ਲਗਾਉਂਦੇ ਹਾਂ ਅਤੇ ਇਸ ਡਿਵਾਈਸ ਨੂੰ ਪਾਵਰ ਦੇ ਕੇ ਇਸਦੀ ਸੈਟਅਪ ਕਰਦੇ ਹਾਂ। ਇਸ ਤੋਂ ਬਾਅਦ ਆਪਣੇ ਇੰਟਰਨੈਟ ਰਾਊਟਰ ਤੋਂ ਇੱਕ ਲੈਨ ਕੇਬਲ ਲੈਣੀ ਹੈ ਅਤੇ ਇਸ ਦੀ ਲੈਨ ਪੋਰਟ ਦੇ ਵਿੱਚ ਲਗਾ ਦੇਣੀ ਹੈ ਅਤੇ ਇਸ ਡਿਵਾਈਸ ਨੂੰ ਪਾਵਰ ਦੇ ਦੇਣੀ ਹੈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਸ ਡਿਵਾਈਸ ਦੇ ਵਿੱਚ ਪਾਵਰ ਆ ਗਈ ਹੈ। ਅਤੇ ਚਲੋ ਹੁਣ ਆਪਾਂ ਇੱਕ ਮੋਬਾਈਲ ਦੇ ਉੱਪਰ ਐਪਲੀਕੇਸ਼ਨ ਨੂੰ ਡਾਊਨਲੋਡ ਕਰਦੇ ਹਾਂ। ਇਸ ਤੋਂ ਬਾਅਦ ਗੂਗਲ ਪਲੇ ਸਟੋਰ ਉੱਪਰ ਜਾਣਾ ਹੈ ਅਤੇ ਇੱਕ ਟੀਪੀ ਲਿੰਕ ਓਮਾਡਾ ਨਾਮ ਦੀ ਐਪ ਨੂੰ ਡਾਊਨਲੋਡ ਕਰ ਲੈਣਾ ਹੈ। ਇਸ ਤੋਂ ਬਾਅਦ ਉਸ ਐਪ ਨੂੰ ਓਪਨ ਕਰਨਾ ਅਤੇ ਸਾਰੀ ਪਰਮਿਸ਼ਨ ਨੂੰ ਅਲਾਓ ਕਰ ਦੇਣਾ। ਇਸ ਤੋਂ ਬਾਅਦ ਇਸ ਜਗ੍ਹਾ ਉੱਪਰ ਜਾਣਾ ਹੈ, EAP ਡਿਵਾਈਸਿਸ ਦੇ ਉੱਪਰ ਜਾਣਾ ਹੈ। ਸਾਨੂੰ ਪਹਿਲਾਂ ਤੁਸੀਂ ਆਪਣਾ ਸੇਮ ਨੈਟਵਰਕ ਸਿਲੈਕਟ ਕਰ ਲੈਣਾ ਹੈ ਜਿਸ ਨੈਟਵਰਕ ਦੇ ਉੱਪਰ ਤੁਸੀਂ ਇਹ ਡਿਵਾਈਸ ਜੋੜ ਰਹੇ ਹੋ। ਇਸਦਾ ਨੈਟਵਰਕ ਜੋ ਹੈ ਕ੍ਰੀਏਟਿਵ ਇਨਫੋਟੈਕ ਦੇ ਨਾਮ 'ਤੇ ਹੈ ਅਤੇ ਉਸ ਨੈਟਵਰਕ ਨੂੰ ਸਿਲੈਕਟ ਕਰਨਾ ਹੈ। ਇਸ ਨੈਟਵਰਕ ਦੇ ਉੱਪਰ ਇਸ ਡਿਵਾਈਸ ਨੂੰ ਅਟੈਚ ਕੀਤਾ ਹੈ ਤਾਂ ਐਪਲੀਕੇਸ਼ਨ ਨੂੰ ਦੁਬਾਰਾ ਓਪਨ ਕਰਨਾ ਹੈ। ਅਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਸ ਡਿਵਾਈਸ ਦੀ IP ਇਸ ਜਗ੍ਹਾ ਦੇ ਉੱਪਰ ਸ਼ੋ ਹੋ ਗਈ ਹੈ 192.168.0.126। ਇਸ ਤੋਂ ਬਾਅਦ ਕੰਪਿਊਟਰ ਦੀ ਸਕਰੀਨ ਉੱਪਰ ਜਾ ਕੇ ਸੇਮ IP ਆਪਾਂ ਬਰਾਊਜ਼ਰ ਦੇ ਉੱਪਰ ਫਿਲ ਕਰਨੀ ਹੈ। ਚਲੋ ਹੁਣ ਆਪਾਂ ਕੰਪਿਊਟਰ ਦੀ ਸਕਰੀਨ ਉੱਪਰ ਚੱਲਦੇ ਹਾਂ। ਇਸ ਤੋਂ ਬਾਅਦ ਕੰਪਿਊਟਰ ਦੇ ਬਰਾਊਜ਼ਰ ਉੱਪਰ ਜਾਣਾ ਹੈ ਅਤੇ ਆਪਣੇ ਵਾਈਫਾਈ ਨੈਟਵਰਕ ਵਿੱਚ ਸੇਮ ਨੈਟਵਰਕ ਨੂੰ ਸਿਲੈਕਟ ਕਰ ਲੈਣਾ ਹੈ ਜਿਸ ਨੈਟਵਰਕ ਦੇ ਉੱਪਰ ਇਹ ਡਿਵਾਈਸ ਲਗਾਇਆ ਹੋਇਆ ਹੈ। ਕ੍ਰੀਏਟਿਵ ਇਨਫੋਟੈਕ ਵਾਲੇ ਨੈਟਵਰਕ ਦੇ ਉੱਪਰ ਇਹ ਡਿਵਾਈਸ ਲੱਗਿਆ ਹੋਇਆ, ਉਸ ਨੈਟਵਰਕ ਨਾਲ ਕਨੈਕਟ ਕਰਨਾ ਹੈ ਅਤੇ ਉਸ ਡਿਵਾਈਸ ਦੀ IP ਵੈਬ ਬਰਾਊਜ਼ਰ ਦੇ ਵਿੱਚ ਫਿਲ ਕਰਨੀ ਹੈ ਨੈਟਵਰਕ ਕਨੈਕਟ ਕਰਨ ਤੋਂ ਬਾਅਦ। ਨੈਟਵਰਕ ਕਨੈਕਟ ਹੋ ਗਿਆ, ਚਲੋ ਹੁਣ ਆਪਾਂ ਇਸਦੀ IP ਫਿਲ ਕਰਦੇ ਹਾਂ 192.168.0.126। ਇਹ IP ਆਪਾਂ ਨੂੰ ਮਾਡਾ ਐਪ ਦੇ ਵਿੱਚੋਂ ਮਿਲ ਗਈ ਸੀ। ਐਂਟਰ ਬਟਨ ਉੱਪਰ ਕਲਿੱਕ ਕਰਨਾ ਹੈ। ਬਾਈ ਡਿਫੌਲਟ ਇਸ ਦਾ ਪਾਸਵਰਡ ਐਡਮਿਨ ਹੈ। ਇਸ ਤੋਂ ਬਾਅਦ ਤੁਸੀਂ ਇਸ ਡਿਵਾਈਸ ਦਾ ਇੱਕ ਯੂਜ਼ਰ ਨੇਮ ਬਣਾ ਸਕਦੇ ਹੋ। ਫੋਰ ਐਗਜ਼ਾਮਪਲ ਯੂਜ਼ਰ ਨੇਮ ਆਪਾਂ ਐਡਮਿਨ ਰੱਖ ਲੈਂਦੇ ਹਾਂ ਅਤੇ ਪਾਸਵਰਡ ਆਪਾਂ admin@1-2-3 ਰੱਖ ਲੈਂਦੇ ਹਾਂ। ਦੋ ਵਾਰੀ ਫਿਲ ਕਰ ਲੈਣਾ। ਇਸ ਤੋਂ ਬਾਅਦ ਨੈਕਸਟ ਬਟਨ ਉੱਪਰ ਕਲਿੱਕ ਕਰਨਾ ਅਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਸ ਡਿਵਾਈਸ ਦੇ ਵਿੱਚ ਦੋ ਰੇਂਜਾਂ ਬਣ ਕੇ ਆ ਜਾਂਦੀਆਂ, 2.4 GHz ਦੀ ਅਤੇ 5 GHz ਦੀ। ਇਸ ਤੋਂ ਬਾਅਦ ਜਿਹੜੀ ਵੀ ਤੁਸੀਂ ਰੇਂਜ ਨੂੰ ਇਨੇਬਲ ਕਰਨਾ ਚਾਹੁੰਦੇ ਹੋ ਤਾਂ ਉਸਨੂੰ ਟਿੱਕ ਕਰ ਦੇਣਾ ਅਤੇ ਉਸਦੀ ID ਜੋ ਬਣਾਉਣੀ ਹੈ, ਫੋਰ ਐਗਜ਼ਾਮਪਲ ਓਮਾਡਾ AP ਅਤੇ ਦੂਸਰੇ ਦੀ ਬਣਾਉਣੀ ਹੈ ਓਮਾਡਾ AP 5G।
ਤੇ ਇਸ ਦਾ ਪਾਸਵਰਡ ਫਿਲ ਕਰ ਦੇਣਾ ਜੋ ਵੀ ਤੁਸੀਂ ਰੱਖਣਾ ਚਾਹੁੰਦੇ ਹੋ। ਫੋਰ ਐਗਜ਼ਾਮਪਲ ਐਡਮਿਨ ਐਟ ਦਾ ਰੇਟ 123 ਹੀ ਰੱਖ ਦਿੰਦੇ ਹਾਂ ਇਸ ਦਾ ਪਾਸਵਰਡ ਵੀ। ਇਸ ਤੋਂ ਬਾਅਦ ਸੇਵ ਬਟਨ ਉੱਪਰ ਕਲਿੱਕ ਕਰ ਦੇਣਾ ਹੈ ਤੇ ਇਸ ਦੀ ਸੈਟਿੰਗਾਂ ਅਪਲਾਈ ਹੋ ਜਾਣਗੀਆਂ ਕੁਝ ਦੇਰ ਦੇ ਵਿੱਚ। ਇਸ ਤੋਂ ਬਾਅਦ ਦੋ ਨਵੀਆਂ ਰੇਂਜਾਂ ਬਣ ਕੇ ਆ ਜਾਣਗੀਆਂ ਵਾਈਫਾਈ ਨੈਟਵਰਕ ਵਿੱਚ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਕ ਓਮਾਡਾ AP 4G ਰੇਂਜ ਆ ਰਹੀ ਹੈ, ਇੱਕ ਓਮਾਡਾ AP 5G ਰੇਂਜ ਆ ਰਹੀ ਹੈ। ਚਲੋ ਹੁਣ ਆਪਾਂ ਇੱਕ ਰੇਂਜ ਦੇ ਨਾਲ ਕਨੈਕਟ ਕਰਦੇ ਹਾਂ। ਕਨੈਕਟ ਕਰਨ ਵੇਲੇ ਪਾਸਵਰਡ ਫਿਲ ਕਰ ਦੇਣਾ ਜੋ ਇਸਦਾ ਰੱਖਿਆ ਸੀ, ਐਡਮਿਨ ਐਟ ਦਾ ਰੇਟ 123। ਨੈਕਸਟ ਬਟਨ ਉੱਪਰ ਕਲਿੱਕ ਕਰਨਾ ਤੇ ਇਸ ਡਿਵਾਈਸ ਦੀ ਸੈਟਅਪ ਕੰਪਲੀਟ ਹੋ ਗਈ ਹੈ। ਚਲੋ ਹੁਣ ਆਪਾਂ ਇਸ ਦੀ ਸਪੀਡ ਨੂੰ ਟੈਸਟ ਕਰਦੇ ਹਾਂ। ਆਪਾਂ ਸਪੀਡ ਟੈਸਟ ਵੈਬਸਾਈਟ ਦੇ ਉੱਪਰ ਜਾਂਦੇ ਹਾਂ ਤੇ ਇਸ ਦੀ ਸਪੀਡ ਨੂੰ ਟੈਸਟ ਕਰਦੇ ਹਾਂ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਸ ਡਿਵਾਈਸ ਦੀ ਸਪੀਡ 450 to 500 MBPS 5G ਰੇਂਜ ਦੇ ਉੱਪਰ ਆਰਾਮ ਨਾਲ ਮਿਲ ਰਹੀ ਹੈ। ਸੋ ਇਸ ਤਰੀਕੇ ਦੇ ਨਾਲ ਤੁਸੀਂ ਇਸ ਡਿਵਾਈਸ ਦੀ ਸੈਟਅਪ ਕਰ ਸਕਦੇ ਹੋ। ਤੁਸੀਂ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ 4G ਜਾਂ 5G ਰੇਂਜ ਨੂੰ ਸਿਲੈਕਟ ਕਰ ਸਕਦੇ ਹੋ। ਇਸੇ ਤਰੀਕੇ ਦੇ ਨਾਲ ਤੁਸੀਂ ਓਮਾਡਾ 4G ਰੇਂਜ ਨਾਲ ਜੇ ਕਨੈਕਟ ਕਰੋਗੇ ਤਾਂ ਇਹ 4G ਦੀ ਸਪੀਡ ਟੈਸਟ ਦੇ ਉੱਪਰ ਸ਼ੋ ਕਰ ਦੇਵੇਗਾ। ਜੇਕਰ ਤੁਸੀਂ ਇਸ ਡਿਵਾਈਸ ਨੂੰ ਆਪਣੇ ਘਰ ਮੰਗਵਾਉਣਾ ਚਾਹੁੰਦੇ ਹੋ ਤਾਂ ਸਕਰੀਨ 'ਤੇ ਦਿੱਤੇ ਗਏ ਨੰਬਰ ਉੱਤੇ ਸੰਪਰਕ ਕਰੋ। ਇਹ ਡਿਵਾਈਸ ਤੁਹਾਡੇ ਘਰ ਕੋਰੀਅਰ ਸਰਵਿਸ ਦੁਆਰਾ ਪਹੁੰਚਾ ਦਿੱਤਾ ਜਾਵੇਗਾ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।